ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡੀ ਆਪਣੀ ਤਵਲੀਨ ਕੌਰ ਤੇ ਤੁਸੀਂ ਵੇਖ ਰਹੇ ਹੋ ਸਟ੍ਰੈਟ ਲਾਈਨ ਨਿਊਜ਼। ਜਰਾ ਇੱਧਰ ਆਓ, ਤੁਹਾਨੂੰ ਮੈਂ ਇੱਕ ਚੀਜ਼ ਦੱਸਾਂ। ਚੀਜ਼ ਚਾੜੀਆਂ ਵਿੱਚ ਸਕੈਂਡਲ, ਚਾੜੀਆਂ 'ਚ ਆ ਜਾਓ, ਪਿੱਛੇ ਪਿੱਛੇ ਆ ਜਾਓ ਮੇਰੇ ਜਰਾ। ਤੇ ਮੈਂ ਜਰਾ ਕੈਮਰੇ ਵਾਲੀ ਭੈਣ ਜੀ ਨੂੰ ਵੀ ਕਹਿ ਤਾ ਕਿ ਉੱਪਰ ਕੈਮਰਾ ਮਾਰਿਓ, ਮੈਂ ਤੁਹਾਨੂੰ ਕੁਛ ਦੱਸਣਾ। ਦੋ ਮਿੰਟ ਰੁਕੋ, ਪਿੱਛੇ ਨਹੀਂ ਹੋ ਰਹੀਆਂ। ਹਾਂਜੀ ਪੜ੍ਹਨਾ ਹੋ ਰਿਹਾ। ਹਾਂਜੀ ਲਿਖਿਆ ਹੋਇਆ, ਨੋਟਿਸ ਸਾਈਡ ਰਿਜ਼ਰਵਡ ਫਾਰ ਮਲਟੀ ਲੈਵਲ ਪਾਰਕਿੰਗ, ਰਿਮੂਵ ਵਹੀਕਲਸ ਵਿਦ ਇਨ 7 ਡੇਜ਼। ਓਹੋ ਇੱਧਰ ਕੁਛ ਹੋਰ ਵੀ ਲਿਖਿਆ, 1/26/2019। 12 ਮਹੀਨੇ ਤਾਂ ਮੈਨੂੰ ਪਤਾ ਨਾ, ਪਰ 12 ਦੇ ਬਾਅਦ ਇਹ 26ਵਾਂ ਮਹੀਨਾ ਕਿਹੜਾ ਹੈ ਇਹ ਮੈਨੂੰ ਬਿਲਕੁਲ ਨਹੀਂ ਪਤਾ। ਅਤੇ ਨਾਲ ਹੀ ਦੇਖੋ ਇਹਨਾਂ ਨੇ ਲਿਖਿਆ ਹੋਇਆ ਕਿ 7 ਦਿਨ 'ਚ ਗੱਡੀਆਂ ਜਿਹੜੀਆਂ ਨੇ ਬਾਹਰ ਕਰ ਦਿਓ। ਹੁਣ ਪਤਾ ਨਹੀਂ ਜਨਵਰੀ 'ਚ, ਜਨਵਰੀ ਦੀ ਗੱਲ ਕੀਤੀ ਹੈ 26ਵਾਂ ਮਹੀਨਾ ਮੈਨੂੰ ਨਹੀਂ ਪਤਾ, ਜਾਂ ਫਿਰ ਕੁਛ ਸਮਝ ਨਹੀਂ ਆ ਰਿਹਾ ਮੈਨੂੰ ਕਿ ਕਿਹੜੇ ਮਹੀਨੇ ਦੀ ਗੱਲ ਕੀਤੀ ਹੈ। ਪਰ ਗੱਲ ਜਿਹੜੀ ਹੈ 2019 'ਚ ਹੋਈ ਹੈ। ਲਿਖਿਆ ਹੈ ਕਿ ਆਪਣੀਆਂ ਸਾਰੀਆਂ ਗੱਡੀਆਂ 7 ਦਿਨ 'ਚ ਬਾਹਰ ਕੱਢ ਦਿਓ, ਕਿਉਂਕਿ ਇੱਥੇ ਮਲਟੀ ਲੈਵਲ ਪਾਰਕਿੰਗ ਜਿਹੜੀ ਹੈ ਬਣਨੀ ਹੈ। ਅਤੇ ਮੈਂ ਤੁਹਾਨੂੰ ਦੱਸਦਾ ਕਿੰਨੀ ਘੈਂਟ ਪਾਰਕਿੰਗ ਹੈ, ਤੁਹਾਨੂੰ ਇਹਦਾ ਪਤਾ ਹੀ ਨਹੀਂ, ਤੁਸੀਂ ਦੇਖੀ ਨਹੀਂ। ਜੰਮੂ 'ਚ ਹੀ ਹੋ ਨਾ ਤੁਸੀਂ, ਕਿੱਧਰ ਹੋ? ਜਦ ਮੈਂ ਕਹਿ ਦਾਂ ਕੈਮਰੇ ਵਾਲੀ ਭੈਣ ਜੀ ਨੂੰ ਕਿ ਕੈਮਰਾ ਮਾਰਿਆ ਉੱਧਰ ਜਰਾ। ਹਾਂ ਹੁਣ ਤੁਸੀਂ ਦੇਖੋ ਕਿੰਨੀ ਵੱਡੀ ਪਾਰਕਿੰਗ, ਦੇਖੋ ਦੇਖੋ ਉੱਪਰ ਵਾਲੀ ਬਿਲਡਿੰਗ ਦੇਖੋ, ਕਿਸੇ ਨੇ ਆਡੀ ਲਾਈ ਹੋਈ ਹੈ ਕਾਲੇ ਕਲਰ ਦੀ, ਚਮਕ ਰਹੀ ਹੈ ਪੂਰੀ। ਅਤੇ ਥੱਲੇ ਤੁਸੀਂ ਵੇਖੋ ਵਾਚਮੈਨ ਵੀ ਇੱਕ ਸਾਈਡ 'ਤੇ ਬੈਠਾ ਹੋਇਆ। ਜਰਾ ਮੈਂ ਕਹਿੰਦਾ ਕੈਮਰੇ ਵਾਲੀ ਭੈਣ ਜੀ ਨੂੰ ਇੱਧਰ ਕੈਮਰਾ ਮਾਰਿਓ, ਵਾਚਮੈਨ ਬੈਠਾ ਹੋਇਆ, ਟਿਕਟਾਂ ਜਿਹੜੀਆਂ ਕਟੋਰੀਆਂ ਨੇ, ਮਜ਼ੇ ਨਾਲ ਗੱਡੀਆਂ ਜਿਹੜੀਆਂ ਨੇ ਮਲਟੀ ਲੈਵਲ ਪਾਰਕਿੰਗ 'ਤੇ ਲੱਗੀਆਂ ਹੋਈਆਂ ਨੇ, ਤੁਸੀਂ ਵੇਖ ਸਕਦੇ ਹੋ ਨਜ਼ਾਰਾ। ਅਤੇ ਮੈਂ ਹੁਣ ਮੈਂ ਮੁੱਦੇ ਦੀ ਗੱਲ ਕਰਾਂ, ਮੁੱਦੇ ਦੀ ਗੱਲ ਇਹ ਹੈ ਕਿ ਮਲਟੀ ਲੈਵਲ ਪਾਰਕਿੰਗ ਇਹਨਾਂ ਨੇ ਬਣਾਈ, ਉਹਨੂੰ 2019 'ਚ ਲਿਖ ਦਿੱਤਾ ਇਹਨਾਂ ਨੇ ਕਿ ਮਲਟੀ ਲੈਵਲ ਪਾਰਕਿੰਗ ਜਿਹੜੀ ਹੈ ਬਣਾਉਣੀ ਹੈ, ਅਤੇ 7 ਦਿਨ 'ਚ ਖਾਲੀ ਕਰ ਦਿਓ। ਹੁਣ 2020 ਚੱਲ ਰਿਹਾ ਨਾ, 2020 ਚੱਲ ਰਿਹਾ ਹੁਣ, ਪਰ ਹਾਲੇ ਤੱਕ ਮਲਟੀ ਲੈਵਲ ਪਾਰਕਿੰਗ ਦਾ ਕੋਈ ਪਤਾ ਹੀ ਨਹੀਂ ਹੈ। ਅਤੇ ਪਰ ਇਹਨਾਂ ਨੇ ਨਾ ਇੱਕ ਕੰਮ ਅੱਛਾ ਕੀਤਾ, ਪੱਥਰ ਨਾਲ ਹੀ ਰਲ ਰੱਖਿਆ ਕਿ ਜਦੋਂ ਅਸੀਂ ਪਾਰਕਿੰਗ ਬਣਾਵਾਂਗੇ ਤਾਂ ਅਸੀਂ ਜਿਹੜਾ ਹੈ ਵਿੱਚ ਪੱਥਰ ਲਾ ਦਾਂਗੇ, ਇਹਦਾ ਮਤਲਬ ਉਦਘਾਟਨ ਵਾਲਾ ਪੱਥਰ ਜਿਹੜਾ ਵਿੱਚ ਲਾ ਦੇਵਾਂਗੇ ਬੱਟਾ। ਅਤੇ ਪਿੱਛੇ ਝਾੜੀਆਂ ਹੀ ਝਾੜੀਆਂ ਨੇ, ਮੰਨਿਆ? ਦੇਖ ਸਕਦੇ ਹੋ ਤੁਸੀਂ ਜਿਹੜੇ ਬੂਟੇ ਕਿੰਨੇ ਇੱਥੇ ਉੱਗੇ ਹੋਏ ਨੇ, ਇੰਨੇ ਬੂਟੇ, ਜਿਹੜੀ ਝਾੜੀਆਂ ਇੱਥੇ ਉੱਗੀਆਂ ਹੋਈਆਂ। ਪਾਰਕਿੰਗ ਤਾਂ ਵੈਸੇ ਵੀ 26ਵੇਂ ਮਹੀਨੇ 'ਚ ਸ਼ੁਰੂ ਹੋਈ ਸੀ, ਤਾਂ ਉਹ ਤਾਂ ਤੁਸੀਂ ਸੋਚ ਹੀ ਸਕਦੇ ਹੋ ਕਿਹੜੇ ਮਹੀਨੇ 'ਚ ਪੂਰੀ ਹੋਣੀ। ਮੈਨੂੰ ਲੱਗਦਾ ਕਿਤੇ 100-110 ਮਹੀਨੇ 'ਚ ਨਹੀਂ ਪੂਰੀ ਹੋਇਆ, ਉਹ 26ਵੇਂ ਮਹੀਨੇ ਦੇ ਬਾਅਦ ਆਪਣਾ ਹਿਸਾਬ ਲਾ ਲਓ ਕਿਹੜੇ ਮਹੀਨੇ 'ਚ ਪੂਰੀ ਹੋਣੀ। ਵੈਸੇ ਵੀ 20-20 ਤਾਂ ਆ ਗਿਆ, ਹਾਲੇ ਤੱਕ ਤਾਂ ਬਣੀ ਨਹੀਂ। ਵੈਸੇ ਮੈਂ ਦੱਸਦਾ ਇੱਧਰ ਨਾ ਲੋਕਾਂ ਨੇ ਆਪਣੇ ਮਕਾਨ ਵੀ ਬਣਾ ਦਿੱਤੇ ਸੀ, ਲੋਕਾਂ ਨੂੰ ਪਤਾ ਸੀ ਇੱਥੇ ਪਾਰਕਿੰਗ ਤਾਂ ਬਣੀ ਨਹੀਂ, ਚਲੋ ਅਸੀਂ ਆਪਣੇ ਮਕਾਨ ਹੀ ਬਣਾ ਦਈਏ। ਲੋਕਾਂ ਦੇ ਮਕਾਨ ਵੀ ਜਿਹੜੇ ਨੇ ਉਹਨਾਂ ਨੇ ਮਤਲਬ ਖਾਲੀ ਖੁੱਲੀ ਕਰਵਾ ਦਿੱਤੀ ਜਗ੍ਹਾ। ਹੁਣ ਅਸੀਂ ਇਹ ਨਹੀਂ ਕਹਿ ਰਹੇ ਕਿ ਇੱਥੇ ਆ ਕੇ ਕਬਜ਼ਾ ਕਰ ਲਓ, ਅਸੀਂ ਕਹਿ ਰਹੇ ਹਾਂ ਪਾਰਕਿੰਗ ਬਣਾ ਲਓ। ਫਿਰ ਤੁਸੀਂ ਕਹਿੰਦੇ ਹੋ ਕਿ ਕਮੈਂਟਾਂ 'ਚ ਪਤਾ ਕੀ ਲਿਖਦੇ ਹੋ, ਤਵਲੀਨ ਕੌਰ ਜੀ ਰਿਪੋਰਟਿੰਗ ਕਰ ਲਓ, ਮਜ਼ਾਕ ਕਰ ਰਹੇ ਹੋ। ਤਾਂ ਤੁਸੀਂ ਸਿਰਫ ਮਜ਼ਾਕ ਹੀ ਕਰਦੇ ਰਹੇ, ਸੀਰੀਅਸ ਹੋ ਜਾਓ ਆਪਣੇ ਕੰਮ ਨੂੰ ਲੈ ਕੇ। ਅਸੀਂ ਸਰਕਾਰ ਨੂੰ ਸੀਰੀਅਸ ਵੇਚ ਕਿਹਾ, ਅਸੀਂ ਰੋ ਰੋ ਕੇ ਕਿਹਾ ਸਰਕਾਰ ਨੂੰ ਕਿ ਸਰਕਾਰ ਜੀ ਕੰਮ ਜਿਹੜਾ ਕਰਦੇ ਹੋ ਪੂਰਾ ਕਰ ਲਿਆ ਕਰੋ। ਵੈਸੇ 26 ਮਹੀਨੇ 'ਚ ਸ਼ੁਰੂ ਹੋਇਆ ਸੀ ਇਹ, ਤਾਂ ਹਾਲੇ ਤੱਕ ਪੂਰਾ ਨਹੀਂ ਹੋਇਆ। ਅਤੇ ਮੈਂ ਇਸ ਕਰਕੇ ਅਸੀਂ ਕੀ ਕਰੀਏ, ਅਸੀਂ ਮਜ਼ਾਕ ਨਹੀਂ ਕਰੀਏ ਤਾਂ ਕੀ ਕਰੀਏ, ਸਾਨੂੰ ਸੁਣਾਓ। ਹਾਂ ਇੱਕ ਤਾਂ ਇਹਨਾਂ ਨੇ ਏਡਾ ਵੱਡਾ ਮਜ਼ਾਕ ਝਾੜੀਆਂ ਦੇ ਵਿੱਚ ਕੀਤਾ ਹੋਇਆ, ਔਰ ਦੂਜਾ ਮਜ਼ਾਕ ਮੇਰੇ ਪਿੱਛੇ ਕੀਤਾ ਹੋਇਆ, ਅਤੇ ਸਾਡਾ ਵੀ ਫਰਜ਼, ਮੇਰਾ ਤਾਂ ਫਰਜ਼ ਬਣਦਾ ਹੈ ਨਾ ਫਿਰ ਮਜ਼ਾਕ ਕਰਨਾ।